ਬਿਜਲੀ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਲਗਾਤਾਰ ਸੂਬਾ ਸਰਕਾਰ ਤੇ ਵਾਰ ਕਰ ਰਹੀ ਹੈ ਇਸ ਦੇ ਤਹਿਤ ਹੀ ਫਾਜ਼ਿਲਕਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੱਲੋਂ ਇਸੇ ਮੁੱਦੇ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਫਾਜ਼ਿਲਕਾ ਵਿੱਚ ਫਿਰਨੀ ਰੋਡ ਤੇ ਰਾਇਲ ਮਾਰਕਟ ਬਣੇ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਇਸ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਸਿੰਘ ਖਾਲਸਾ ਨੇ ਕੀ ਕਿਹਾ ਆਓ ਸੁਣਦੇ ਹਾਂ ਫਾਜ਼ਿਲਕਾ ਦੀ ਅਗਰ ਅਸੀਂ ਗੱਲ ਕਰੀਏ ਅ 103 ਤੇ ਲਗਭਗ ਸ਼ਹਿਰੀ ਪੁਆਇੰਟ ਹੈਗੇ ਨੇ ਔਰ ਉਹਦੇ ਨਾਲ ਹੀ 4-500 ਤੋਂ ਵੱਧ ਜਿਹੜਾ ਹੈਗਾ ਉਹ ਪਿੰਡਾਂ ਦੇ ਪੁਆਇੰਟ ਹੈਗੇ ਨੇ ਪਿੰਡ ਅਸੀਂ ਕਹਿ ਸਕਦੇ ਆ ਕਿਉਂਕਿ ਇਹ 125-30 ਲਗਭਗ ਫਾਜ਼ਲਕਾ ਦੇ ਪਿੰਡ ਨੇ 150 ਦੇ ਕਰੀਬ ਜ਼ਲਾਲਾਬਾਦ ਦਾ ਪਿੰਡ ਆ ਉਸੇ ਤਰ੍ਹਾਂ 25-30 ਦੇ ਲਗਭਗ ਅ ਅਬੋਹਰ ਦੇ ਪਿੰਡ ਨੇ ਬੱਲਵਾਲਾ ਦੇ ਅਸੀਂ 85 ਪਿੰਡੇ ਲਗਭਗ ਇਸ ਤਰ੍ਹਾਂ 5-600 ਪੁਆਇੰਟ ਬਣਦਾ ਹੈਗਾ ਸੋ ਇਹਨਾਂ ਸਾਰੇ ਪੁਆਇੰਟਾਂ ਤੇ ਆਮ ਆਦਮੀ ਪਾਰਟੀ ਅੱਜ ਤੋਂ ਹੀ ਸ਼ੁਰੂ ਕਰ ਦਿੱਤਾ ਗਿਆ ਇਸੇ ਕਰਕੇ ਪ੍ਰੈਸ ਕਾਨਫਰੰਸ ਰੱਖੀ ਸੀ ਕਿ ਅਸੀਂ ਜਿਹੜਾ ਬਿਜਲੀ ਦੇ ਮਹਿੰਗੇ ਬਿੱਲ ਆ ਜਿਹੜੇ ਆਏ ਹੋਏ ਬਹੁਤ ਜ਼ਿਆਦਾ ਲੱਖ ਲੱਖ ਰੁਪਈਆ ਲੋਕਾਂ ਦੇ ਜਿਹੜੇ ਬਿੱਲ ਆ ਕਿਉਂਕਿ ਹਰ ਵਰਗ ਟੈਕਸ ਭਰਦਾ ਹੈ ਸੂਈ ਤੋਂ ਲੈ ਕੇ ਹਵਾਈ ਜਹਾਜ਼ ਤੱਕ ਤੇ ਫਿਰ ਸਾਰੇ ਵਰਗਾਂ ਨੂੰ ਬਿਜਲੀ ਫ੍ਰੀ ਕਿਉਂ ਨਹੀਂ ਦਿੱਤੀ ਜਾ ਸਕਦੀ ਸਾਰੇ ਪੁਆਇੰਟਾਂ ਤੇ ਆਮ ਆਦਮੀ ਪਾਰਟੀ ਬਿਜਲੀ ਦੇ ਬਿੱਲ ਸਾਰਕੇ ਅੰਦੋਲਨ ਕਰੇਗੀ ਸਾਡੇ ਕੋਲ ਬਹੁਤ ਜ਼ਿਆਦਾ ਲੋਕ ਆ ਰਹੇ ਆ ਲੱਖ ਲੱਖ ਰੁਪਏ ਵਾਲੇ ਵੀ ਆ ਰਹੇ ਆ 10-10 ਹਜ਼ਾਰਾਂ ਵਾਲੇ ਵੀ ਆ ਰਹੇ ਆ ਬਹੁਤ ਸਾਰੇ ਲੋਕਾਂ ਇਹ ਇੱਕ ਠੋਕ ਕੇ ਕਹਿੰਦੇ ਆ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਅਸੀਂ ਜਿਹੜੇ ਆ ਪਲਾਸ ਤੇ ਪੇਚਕਾ ਸਾਹਿਬ ਦੇ ਨਾਲ ਰੱਖਾਂਗੇ ਔਰ ਅਸੀਂ ਜੰਨੇ ਵੀ ਤੁਸੀਂ ਕਨੈਕਸ਼ਨ ਕੱਟੇ ਆ ਅਸੀਂ ਆਪ ਜਾ ਕੇ ਜਿਹੜੇ ਕਨੈਕਸ਼ਨ ਜੋੜਾਂਗੇ ਫਾਜ਼ਿਲਕਾ ਤੋਂ ਅਰਵਿੰਦ ਨੇ ਜਾ ਦੇ ਰਿਪੋਰਟ ਮੌਜੂਦਾ ਹਾਲਾਤਾਂ ਤੇ ਨਜ਼ਰ ਮਾਰੀਏ ਤਾਂ ਇਨਸਾਨ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਿਹਾ ਹੈ ਇਨਸਾਨ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਵੀ ਕਰਦਾ ਹੈ ਔਰ ਜਿਵੇਂ ਤੁਹਾਡੇ ਦੁੱਖਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਸ ਤੋਂ ਪਹਿਲਾਂ ਫੀਰ ਲੀਫ ਆਇਲ ਤਿਆਰ ਕੀਤਾ ਗਿਆ ਜਿਸ ਦੁਆਰਾ 125 ਬਿਮਾਰੀਆਂ ਦਾ ਇਲਾਜ ਕੀਤਾ ਗਿਆ ਤੇ ਹੁਣ ਇੱਕ ਹੋਰ ਪ੍ਰੋਡਕਟ ਤੁਹਾਨੂੰ ਦੁੱਖਾਂ ਤੋਂ ਨਜਾਤ ਦਿਉਣ ਲਈ ਹਾਜ਼ਰ ਹੈ ਫੀਰ ਲੀਫ ਪਾਵਰ ਜਿਸ ਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਕਮਜ਼ੋਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ ਜਿਵੇਂ ਮਰਦਾਨਾ ਕਮਜ਼ੋਰੀ ਅੰਤਰੀਆਂ ਦੀ ਸੋਜਿਸ਼ ਪਿਸ਼ਾਬ ਵਿੱਚ ਜਲਣ ਦਿਲ ਦੀ ਕਮਜ਼ੋਰੀ ਖੂਨ ਦੀ ਕਮੀ ਅਤੇ ਦਿਮਾਗ ਨੂੰ ਤੇਜ਼ ਕਰਦਾ ਹੈ। ਅਲੱਗ-ਅਲੱਗ ਲੈਬਾਰਟਰੀਆਂ ਤੋਂ ਆਯੁਰਵੈਦਿਕ ਮਹਾਰਾਂ ਦੁਆਰਾ ਟੈਸਟ ਹੋ ਕੇ ਆਪ ਸਭ ਦੇ ਅਰੂਬਰੂ ਹੈ। ਔਰ ਜਿਸ ਦੇ ਵਿੱਚ ਕਈ ਤਰ੍ਹਾਂ ਦੀਆਂ ਆਯੁਰਵੈਦਿਕ ਜੜੀਆਂ ਬੂਟੀਆਂ ਅਤੇ ਕਈ ਤਰ੍ਹਾਂ ਦੇ ਪਸਮ ਮਿਲਾ ਕੇ ਤਿਆਰ ਕੀਤਾ ਗਿਆ ਹੈ। ਉਹ ਨੌਜਵਾਨਾਂ ਲਈ ਬੜਾ ਵਰਦਾਨ ਸਿੱਧ ਹੋ ਰਿਹਾ ਹੈ ਜੋ ਨੌਜਵਾਨ ਮਰਦਾਨਾ ਕਮਜ਼ੋਰੀ ਨਾਲ ਜੂਝ ਰਹੇ ਨੇ। ਉਹ ਹੁਣ ਫੀ ਰੀਲੀਫ ਪਾਵਰ ਦਾ ਇਸਤੇਮਾਲ ਕਰਨ ਤੋਂ ਬਾਅਦ ਦੋਵਾਰਾ ਖੋਈ ਹੋਈ ਮਰਦਾਨਾ ਤਾਕਤ ਨੂੰ ਹਾਸਲ ਕਰ ਸਕਦੇ ਨੇ ਇਹ ਮੈਡੀਸਨ 100% ਆਯੁਰਵੈਦਿਕ ਹੈ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਤੁਸੀਂ ਬਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ 9478484087